ਸਤਿ ਸ਼੍ਰੀ ਅਕਾਲ ਜੀ, ਕੁਲਵਿੰਦਰ ਸਿੰਘ ਹੋਮ ਗਲੋਬਲ। ਅੱਜ ਦੀ ਜਿਹੜੀ ਸਾਡੀ ਵੀਡੀਓ ਹੈ, ਸਾਡੇ ਉਹਨਾਂ ਕੱਚੇ ਪੱਕੇ ਭੈਣ ਭਰਾਵਾਂ ਲਈ ਹੈ ਜਿਹੜੇ ਕਿ ਆਸਟ੍ਰੇਲੀਆ ਦੇ ਵਿੱਚ ਟੈਂਪਰਰੀ ਵੀਜ਼ਾਸ 'ਤੇ ਹੈਗੇ ਆ, ਪ੍ਰੋਟੈਕਸ਼ਨ ਵੀਜ਼ਾ 'ਤੇ ਆ, ਫ੍ਰੀਜ਼ਿੰਗ ਵੀਜ਼ਾ 'ਤੇ ਆ। ਪਿਛਲੇ ਲੰਬੇ ਸਮੇਂ ਤੋਂ ਹੋਮ ਗਲੋਬਲ ਵੱਲੋਂ USA ਦੇ ਵੀਜ਼ਾ ਐਪਲੀਕੇਸ਼ਨਸ ਪ੍ਰਮੋਟ ਕੀਤੀਆਂ ਗਈਆਂ, ਅਤੇ ਬਹੁਤ ਸਾਰੇ ਸਾਡੇ ਇੱਦਾਂ ਦੇ ਭੈਣ ਭਰਾ ਜਿਹੜੇ ਕਿ ਕਿਸੇ ਨਾ ਕਿਸੇ ਪ੍ਰੋਬਲਮ ਦੇ ਵਿੱਚ ਸੀਗੇ, ਕਿਸੇ ਪ੍ਰੋਟੈਕਸ਼ਨ ਵੀਜ਼ੇ 'ਤੇ ਸੀ, ਕਿਸੇ ਫ੍ਰੀਜ਼ਿੰਗ ਵੀਜ਼ੇ 'ਤੇ ਸੀਗੇ, ਉਹਨਾਂ ਨੂੰ USA ਦੇ ਵੀਜ਼ੇ ਲਵਾ ਕੇ ਦਿੱਤੇ ਆ। ਕੀ ਹੁਣ ਸਾਡੀ ਜਰਨੀ ਇੱਥੇ ਖਤਮ ਹੋ ਗਈ ਹੈ? ਸਾਡੇ ਲਈ ਅੱਗੇ ਦੀ ਕੀ ਹੋਰ ਆਪਸ਼ਨ ਹੈਗੀ ਹੈ? ਤਾਂ ਡੈਫੀਨੇਟਲੀ ਯੈਸ, ਆਸਟ੍ਰੇਲੀਆ ਦੇ ਵਿੱਚ ਵੀ ਤੁਹਾਡੇ ਲਈ ਆਪਸ਼ਨਸ ਹੈਗੀਆਂ, ਵੀ ਆਸਟ੍ਰੇਲੀਆ ਦੇ ਵਿੱਚ ਵੀ ਹੋਰ ਰਸਤੇ ਬਣਾ ਕੇ ਆਪਣੇ ਆਪ ਨੂੰ ਸੈਟਲ ਡਾਊਨ ਕਰ ਸਕਦੇ ਹੋ। ਜੇਕਰ ਤੁਹਾਡਾ USA ਦਾ ਵੀਜ਼ਾ ਗ੍ਰਾਂਟ ਹੋ ਗਿਆ, ਤਾਂ USA ਤੋਂ ਬਾਅਦ ਤੁਸੀਂ ਕੈਨੇਡਾ ਦਾ ਜਿਹੜਾ ਵੀਜ਼ਾ ਉਹ ਬਹੁਤ ਸੌਖਾ ਲੈ ਸਕਦੇ ਹੈਗੇ, ਕਿਉਂਕਿ USA ਅਤੇ ਕੈਨੇਡਾ ਦੋਨੋਂ ਕੰਟਰੀਆਂ ਆਪਸ ਦੇ ਵਿੱਚ ਡਾਟਾ ਸ਼ੇਅਰ ਕਰਦੀਆਂ ਹੈਗੀਆਂ। ਤਾਂ ਡੈਫੀਨੇਟਲੀ USA ਤੋਂ ਵੀਜ਼ਾ ਤੋਂ ਬਾਅਦ ਤੁਹਾਨੂੰ ਕੈਨੇਡਾ ਦੇ ਵੀਜ਼ਾ ਲੱਗਣ ਦੇ ਚਾਂਸ ਬਹੁਤ ਜ਼ਿਆਦਾ ਵੱਧ ਜਾਂਦੇ ਹੈਗੇ। ਅਤੇ ਕੈਨੇਡਾ ਦੇ ਵਿੱਚ ਜਾ ਕੇ ਤੁਹਾਡੇ ਲਈ ਅੱਗੇ PR ਦੀਆਂ ਜਿਹੜੀਆਂ ਪੋਸੀਬਿਲਿਟੀਜ਼ ਹੈਗੀਆਂ ਉਹ ਵੀ ਬਹੁਤ ਜ਼ਿਆਦਾ ਹੈ, ਕਿਉਂਕਿ ਜਿਹੜੀ ਕੈਨੇਡਾ ਮਾਈਗ੍ਰੇਸ਼ਨ ਹੈਗੀ ਆ, ਹਰ ਸਾਲ 3.5-4 ਲੱਖ ਬੰਦਾ ਪੱਕਾ ਕਰ ਰਹੀ ਹੈਗੀ ਆ। ਉੱਥੇ ਤੁਸੀਂ ਜੀ ਆਪਣੇ ਵਿਜ਼ਟਰ ਵੀਜ਼ਾ ਨੂੰ ਅੱਗੇ ਵਰਕ ਪਰਮਿਟ ਦੇ ਵਿੱਚ ਕਨਵਰਟ ਕਰ ਸਕਦੇ ਹੈਗੇ ਆ, ਅਤੇ ਆਪਣੀਆਂ ਅੱਗੇ ਜਿਹੜੀਆਂ PR ਦੀਆਂ ਆਪਸ਼ਨਸ ਹੈਗੀਆਂ ਉਹ ਵੀ ਐਕਸਪਲੋਰ ਕਰ ਸਕਦੇ ਜਾਂ PR ਦੇ ਰਸਤੇ ਬਣਾ ਸਕਦੇ। ਤਾਂ ਜੇਕਰ ਤੁਸੀਂ ਪਿਛਲੇ ਟਾਈਮ ਦੇ ਵਿੱਚ ਚਾਹੇ ਹੋਮ ਗਲੋਬਲ ਦੇ ਥਰੂ ਤੁਸੀਂ USA ਦਾ ਵੀਜ਼ਾ ਲਿਆ, ਜਾਂ ਤੁਸੀਂ ਕਿਤੇ ਡਾਇਰੈਕਟ ਅਪਲਾਈ ਕਰਕੇ ਜਾਂ ਕਿਸੇ ਵੀ ਤਰੀਕੇ ਨਾਲ USA ਦਾ ਵੀਜ਼ਾ ਲੈ ਲਿਆ, ਤਾਂ ਡੈਫੀਨੇਟਲੀ ਤੁਸੀਂ ਕੈਨੇਡਾ ਵਿਜ਼ਟਰ ਵੀਜ਼ਾ ਦੀ ਆਪਸ਼ਨ ਵੀ ਲਓ, ਕੈਨੇਡਾ ਦਾ ਜਿਹੜਾ ਵੀਜ਼ਾ ਉਹ ਵੀ ਲਓ, ਕਿਉਂਕਿ ਇਨ ਫਿਊਚਰ ਤੁਸੀਂ ਕੈਨੇਡਾ ਦੇ ਵਿੱਚ ਜਾ ਕੇ ਵੀ ਆਪਣਾ ਫਿਊਚਰ ਬਣਾ ਸਕਦੇ। ਵਧੇਰੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਹੋਮ ਗਲੋਬਲ ਦੀ ਟੀਮ ਨਾਲ ਸੰਪਰਕ।